ਬਾਅਦ ਅੱਜ ਅਸੀਂ ਇੱਕ ਕਿਰਿਆ ਕਰਨ ਜਾ ਰਹੇ ਹਾਂ ਕਿ ਜਿਹੜੇ ਅਸੀਂ ਭੋਜਨ ਪਦਾਰਥ ਖਾਂਦੇ ਹਾਂ ਉਹਨਾਂ ਵਿੱਚ ਸਟਾਰਚ ਦੀ ਹੋਂਦ ਜਾਂ ਨਿਸ਼ਾਸਤਾ ਨਿਸ਼ਾਸਤੇ ਦੀ ਪਰੀਖਣ ਵਾਸਤੇ ਅਸੀਂ ਕਿਹੜਾ ਕਿਹੜਾ ਸਮਾਨ ਲਵਾਂਗੇ। ਇੱਕ ਅਸੀਂ ਲਵਾਂਗੇ ਖਾਦ ਪਦਾਰਥ ਸਾਡਾ ਆਲੂ ਦਾ ਟੁਕੜਾ, ਚਾਈਨਾ ਡਿਸ਼, ਆਇਓਡੀਨ ਦਾ ਘੋਲ, ਇੱਕ ਡਰੋਪਰ ਜਿਹਦੇ ਨਾਲ ਅਸੀਂ ਆਲੂ ਦੇ ਉੱਪਰ ਆਇਓਡੀਨ ਦਾ ਘੋਲ ਪਾਵਾਂਗੇ। ਹੁਣ ਅਸੀਂ ਇਸਦਾ ਪ੍ਰੀਖਣ ਕਰਾਂਗੇ। ਕਿਸ ਤਰ੍ਹਾਂ ਕਰਾਂਗੇ ਤੁਸੀਂ ਦੇਖੋ ਕਿ ਅਸੀਂ ਆਲੂ ਦਾ ਟੁਕੜਾ ਲਿਆ, ਉਹਦੇ ਉੱਪਰ ਅਸੀਂ ਕੁਝ ਦੋ ਤਿੰਨ ਬੂੰਦਾਂ ਅਸੀਂ ਆਇਓਡੀਨ ਦੇ ਘੋਲ ਦੀਆਂ ਪਾ ਕੇ ਦੇਖਾਂਗੇ। ਆਇਓਡੀਨ ਦਾ ਘੋਲ ਆ, ਇਸ ਵਿੱਚੋਂ ਮੈਂ ਡਰੋਪਰ ਦੇ ਨਾਲ ਆਇਓਡੀਨ ਦਾ ਘੋਲ ਲਿਆ। ਇਸਦੀਆਂ ਦੋ ਤਿੰਨ ਬੂੰਦਾਂ ਮੈਂ ਆਇਓਡੀਨ ਦੇ ਘੋਲ ਦੀਆਂ ਆਲੂ ਦੇ ਉੱਤੇ ਪਾ ਕੇ ਦੇਖਿਆ ਥੋੜ੍ਹਾ ਜਿਹਾ। ਤੁਸੀਂ ਕੀ ਵੇਖਦੇ ਹੋ ਕਿ ਆਲੂ ਦੇ ਉੱਤੇ ਜਿੱਥੇ ਮੈਂ ਆਇਓਡੀਨ ਦਾ ਘੋਲ ਪਾਇਆ ਉੱਥੇ ਆਲੂ ਦਾ ਰੰਗ ਕੀ ਹੋ ਗਿਆ, ਕਾਲਾ ਜਾਂ ਗੂੜਾ ਨੀਲਾ, ਕਿਸੇ ਕਿਸਮ ਦਾ ਵੀ ਕਾਲਾ ਰੰਗ ਜਾਂ ਗੂੜਾ ਨੀਲਾ, ਇਹ ਕੀ ਦਰਸਾਉਂਦਾ ਹੈ ਕਿ ਇਸ ਭੋਜਨ ਪਦਾਰਥ ਦੇ ਵਿੱਚ ਸਟਾਰਚ ਜਾਂ ਨਿਸ਼ਾਸਤਾ ਹੈ। ਕਿਵੇਂ ਅਸੀਂ ਵਰਤ ਕੀਤੀ, ਅਸੀਂ ਇੱਕ ਅਸੀਂ ਆਲੂ ਦਾ ਟੁਕੜਾ ਲਿਆ, ਉਹਦੇ ਉੱਤੇ ਅਸੀਂ ਆਇਓਡੀਨ ਦੇ ਘੋਲ ਦੀਆਂ ਦੋ ਤਿੰਨ ਬੂੰਦਾਂ ਪਾਈਆਂ, ਇਸਦਾ ਰੰਗ ਕਾਲਾ ਹੋ ਗਿਆ ਜੋ ਆਲੂ ਦੇ ਵਿੱਚ ਸਟਾਰਚ ਦੀ ਜਾਂ ਨਿਸ਼ਾਸਤੇ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਇਸ ਕਿਰਿਆ ਨੂੰ ਤੁਸੀਂ ਆਪਣੇ ਘਰ ਵਿੱਚ ਹੋਰ ਪਦਾਰਥਾਂ ਨਾਲ ਵੀ ਅਸੀਂ ਕਰਕੇ ਵੇਖ ਸਕਦੇ ਹਾਂ, ਜਿਵੇਂ ਆਟਾ, ਕਣਕ ਦਾ ਆਟਾ ਹੋ ਗਿਆ, ਉਬਲੇ ਹੋਏ ਚਾਵਲ ਹੋ ਗਏ, ਹੋਰ ਵੀ ਭੋਜਨ ਪਦਾਰਥ ਜਿਨ੍ਹਾਂ ਦੇ ਨਾਲ ਅਸੀਂ ਇਸ ਦੀ ਪਰਖ ਕਰ ਸਕਦੇ ਹਾਂ ਕਿ ਇਸ ਵਿੱਚ ਨਿਸ਼ਾਸਤਾ ਜਾਂ ਸਟਾਰਚ ਹੈ ਜਾਂ ਨਹੀਂ ਹੈ। ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਆ ਗਈ ਹੋਏਗੀ ਕਿਰਿਆ। ਜਦੋਂ ਤੁਸੀਂ ਸਕੂਲ ਆਓਗੇ ਤਾਂ ਤੁਸੀਂ ਇਸ ਨੂੰ ਆਪ ਕਰਕੇ ਦੇਖੋਗੇ ਅਤੇ ਜ਼ਿਆਦਾ ਸਮਝ ਆਏਗੀ।